ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਜੀ ਦੇ ਵਿੱਚ। ਪੰਨੂ ਸਾਹਿਬ ਜੇ ਕੱਲ੍ਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕਰੀਏ ਤਾਂ ਬਹੁਤ ਹੀ ਉੱਚਾ ਅਹੁਦਾ ਹੁੰਦਾ, ਜਿਹਨਾਂ ਨੂੰ ਆਪਣੀ ਮਾਨ ਅਤੇ ਗਰਿਮਾ ਦਾ ਪੂਰਾ ਸਨਮਾਨ ਅਤੇ ਧਿਆਨ ਰੱਖਣਾ ਹੁੰਦਾ ਹੈ। ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਕਦਾਈ ਇਹੋ ਜਿਹੇ ਬਿਆਨ ਪੇਸ਼ ਕਰ ਦਿੰਦੇ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਵਿਵਾਦ ਵੱਧ ਜਾਂਦਾ ਹੈ। ਅਤੇ ਹੁਣ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ ਜਿਸ 'ਤੇ ਵਿਵਾਦ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਇਸ ਬਾਰੇ ਤੁਸੀਂ ਕੀ ਆਖੋਗੇ? ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣ ਗਏ, ਇਹਦੀ ਬੋਲੀ ਪ੍ਰਧਾਨ ਮੰਤਰੀਆਂ ਦੇ ਪੱਧਰ ਦੀ ਨਹੀਂ। ਹਾਂਜੀ, ਅਤੇ ਲੱਗਦਾ ਇਹ ਆ ਕਿ ਇਹਨੇ ਸੁਧਰਨਾ ਵੀ ਨਹੀਂ, ਇਹਦੀ ਬੋਲੀ 'ਚ ਸੁਧਾਰ ਨਹੀਂ ਹੋ ਸਕਦਾ। ਉਹ ਸ਼ਿਵ ਸੈਨਾ ਵਾਲੇ ਇਹਨਾਂ ਦੇ ਸਾਥੀ ਨੇ, ਹਾਂਜੀ, ਸਭ ਤੋਂ ਪੁਰਾਣੀ ਸਾਥੀ ਪਾਰਟੀ ਸ਼ਿਵ ਸੈਨਾ। ਉਹਨਾਂ ਦੇ ਮੁਖੀ ਨੇ ਇੱਕ ਬਕਾਇਦਾ ਐਡੀਟੋਰੀਅਲ ਲਿਖ ਕੇ ਆਖਿਆ ਕਿ ਜਿਸ ਤਰ੍ਹਾਂ ਫਿਲਮਾਂ ਦੇ ਵਿੱਚ ਕੁਛ ਕਲਾਕਾਰਾਂ ਦੀ ਨੈਗੇਟਿਵ ਭੂਮਿਕਾ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਜੀ, 3 ਸਾਲ ਪੂਰੇ ਹੋ ਚੱਲੇ ਆ, ਤੁਸੀਂ ਨੈਗੇਟਿਵ ਭੂਮਿਕਾ 'ਚੋਂ ਬਾਹਰ ਨਿਕਲੋ। ਬਿਲਕੁਲ ਬਾਹਰ ਨਿਕਲੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਨੈਗੇਟਿਵ, ਉਹ ਸ਼ਬਦਾਵਲੀ ਜਾਂਦੀ ਨਹੀਂ। ਉਹ ਜਦੋਂ ਮੁੱਖ ਮੰਤਰੀ ਹੁੰਦਾ ਸੀ ਉਦੋਂ ਵੀ ਜਿਨ੍ਹਾਂ ਦੇ ਨਾਲ ਬਣਦੀ ਨਹੀਂ ਸੀ, ਜੇ ਉਹ ਮੁਸਲਮਾਨ ਆ ਉਹਨਾਂ ਨੂੰ ਤਾਂ ਮੀਆਂ ਕਹਿਣਾ ਹੀ ਕਹਿਣਾ, ਜੇ ਕੋਈ ਹਿੰਦੂ ਹੋਵੇ ਉਹਨੂੰ ਹੀ ਕਹਿੰਦਾ। ਇੱਕ ਇੱਥੇ ਸਾਡੇ ਚੋਣ ਕਮਿਸ਼ਨਰ ਹੁੰਦੇ ਸਨ, ਬੜੇ ਚੰਗੇ ਸਨ, ਸਾਰੀ ਉਮਰ ਦਾ ਉਹਨਾਂ ਰਿਕਾਰਡ ਸੀ, ਕੋਈ ਉਹਨਾਂ ਕਰਪਸ਼ਨ ਨਹੀਂ ਕੀਤੀ, ਬਹੁਤ ਵਧੀਆ ਆਦਮੀ ਸੀ। ਹਾਂਜੀ, ਡਿਸਿਪਲਿਨ ਦਾ ਵੀ ਪੱਕਾ ਸੀ। ਉਹਦਾ ਨਾਂ ਸੀ JM ਲਿੰਗਡੋ। ਉਹਦੇ ਵਕਤ ਗੁਜਰਾਤ 'ਚ ਅਸੈਂਬਲੀ ਦੀਆਂ ਚੋਣਾਂ ਆ ਗਈਆਂ, ਉੱਥੇ ਜਾ ਕੇ ਉਹਨੇ ਵੇਖਿਆ ਕਿ ਸਾਰਾ ਕੁਝ ਹੀ ਗੜਬੜ ਕੀਤਾ ਪਿਆ ਇਹਨਾਂ 'ਤੇ। ਉਹਨੇ ਅਫਸਰਾਂ ਦੀ ਕਲਾਸ ਲਾਈ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ, ਮੈਨੂੰ ਤੁਸੀਂ ਹੋਰ ਰਿਪੋਰਟਾਂ ਭੇਜਦੇ, ਇੱਥੇ ਸਥਿਤੀ ਹੋਰ ਹੈ, ਰਿਐਲਿਟੀ ਹੋ ਰਿਹਾ, ਆ ਸਾਰਾ ਕੁਝ ਠੀਕ ਕਰੋ। ਹੁਣ ਸਾਡੀਆਂ ਚੋਣਾਂ ਵਿੱਚ ਵੀ ਤਾਂ ਚੋਣ ਕਮਿਸ਼ਨਰ ਨੇ ਅਤੇ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਆਖਿਆ ਨਾ ਕਿ ਇੰਨੇ SSP ਬਦਲੋ, ਆਹ ਕਰ ਦਿਓ, ਆਹ ਕਰ ਦਿਓ, ਤੁਸੀਂ ਗਲਤ ਕੀਤਾ, ਸਭ ਥਾਵਾਂ 'ਤੇ ਕਰਦੇ। ਉਹਨੇ ਜਾ ਕੇ ਅਫਸਰਾਂ ਨੂੰ ਝਾੜ ਪਾਈ। ਅਗਲੇ ਦਿਨ ਬਹੁਤ ਵੱਡੀ ਰੈਲੀ, 1.5 ਲੱਖ ਦਾ ਇਕੱਠ ਹੋਣਾ, ਅਤੇ ਨਰਿੰਦਰ ਮੋਦੀ ਸਾਹਿਬ ਨੇ ਆਖਿਆ ਇੱਥੇ ਇੱਕ JM ਲਿੰਗਡੋ ਆਉਂਦੇ ਆ, ਚੋਣ ਕਮਿਸ਼ਨਰ ਆ, ਸਾਡੇ ਖਿਲਾਫ਼ ਕਾਰਵਾਈ ਕਰਦੇ ਫਿਰਦੇ ਆ, ਮੈਨੂੰ ਪਤਾ ਲੱਗਾ ਵੀ ਇਹ ਵੀ ਕ੍ਰਿਸਚਨ ਆ ਅਤੇ ਸੋਨੀਆ ਗਾਂਧੀ ਵੀ ਕ੍ਰਿਸਚਨ ਆ, ਲੋਕਾਂ ਸਾਹਮਣੇ ਨਹੀਂ, ਸੰਡੇ ਨੂੰ ਜਾ ਕੇ ਚਰਚ ਵਿੱਚ ਲੋਕਾਂ ਤੋਂ ਚੋਰੀ ਮਿਲ ਲੈਂਦੇ। ਇਸ ਪੱਧਰ ਦੀਆਂ ਗੱਲਾਂ ਨੇ ਕੀਤੀਆਂ। ਬਿਲਕੁਲ, ਉਹਨੇ ਪ੍ਰਧਾਨ ਮੰਤਰੀ ਬਣ ਗਏ। ਇਹਨੇ ਬਿਹਾਰ ਵਿੱਚ ਜਾ ਕੇ ਕਹਿ ਦਿੱਤਾ ਸੀ ਨਿਤੀਸ਼ ਕੁਮਾਰ ਇੱਥੇ ਮੈਨੂੰ ਮਿਲਦਾ ਨਹੀਂ, ਰਾਸ਼ਟਰਪਤੀ ਭਵਨ 'ਚ ਇੱਕ ਵਾਰੀ ਅਸੀਂ ਖਾਣੇ 'ਤੇ ਇੱਕੋ ਟੇਬਲ 'ਤੇ ਇਕੱਠੇ ਹੋ ਗਏ, ਇਹ ਮੇਰੇ ਨਾਲ ਗੱਲ ਨਾ ਕਰੇ, ਮੈਂ ਇਹਨੂੰ ਆਖਿਆ ਕੈਮਰਾ ਨਹੀਂ, ਆਪਾਂ ਗੱਲ ਕਰ ਲਈਏ। ਅਗਲੇ ਦਿਨ ਨਿਤੀਸ਼ ਕੁਮਾਰ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਜਿਹੜਾ ਇਹ ਕੋਈ ਰੋਡ ਸਾਈਡ ਢਾਬਾ ਨਹੀਂ ਹੁੰਦਾ, ਉੱਥੇ ਬਕਾਇਦਾ ਪ੍ਰੋਟੋਕੋਲ ਬਣਦਾ ਕਿ ਫਲਾਣੇ ਫਲਾਣੇ ਬੰਦੇ ਇਕੱਠੇ ਬਿਠਾਉਣੇ ਆ, ਅਤੇ ਫਿਰ ਉਹਦਾ ਰਿਕਾਰਡ ਅਗਲੇ 10-12 ਸਾਲਾਂ ਤੱਕ ਰੱਖਿਆ ਜਾਂਦਾ। ਕਹਿੰਦੇ ਹੁਣ ਤੱਕ ਰਿਕਾਰਡ ਕਢਾ ਕੇ ਵੇਖ ਲਓ, ਉੱਥੇ ਇਹ ਤਾਂ ਮੈਂ ਅੱਜ ਤੱਕ ਕਦੇ ਇਕੱਠੇ ਬੈਠੇ ਨਹੀਂ, ਸਾਨੂੰ ਕਿਸੇ ਨੇ ਇਕੱਠਿਆਂ ਬਿਠਾਇਆ ਹੀ ਨਹੀਂਗਾ, ਝੂਠ ਬੋਲਦਾ। ਹੁਣ ਇਹਨੇ ਫਿਰ ਜਿਹੜੀ ਪ੍ਰਧਾਨ ਮੰਤਰੀ ਹੁੰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਆਹ ਟਿੱਪਣੀ ਕਹਿ ਦਿੱਤੀ ਕਿ ਤਾਂ ਜੀ ਬਰਸਾਤੀ ਪਾ ਕੇ ਇਸ਼ਨਾਨ ਕਰਨਾ, ਰੇਨ ਕੋਟ ਲੈ ਕੇ ਬਾਥਰੂਮ 'ਚ ਨਹਾਉਂਦਾ, ਆਪਣੇ ਉੱਤੇ ਪਾਣੀ ਦੀ ਛਟਨੀ ਪੈਣ ਦਿੰਦਾ, 4 ਸਵੇਰੇ ਕਰਪਟ ਬੰਦੇ ਸਨ, ਅਤੇ ਉਹਨਾਂ ਕਰਪਟ ਬੰਦਿਆਂ ਦੇ ਹੁੰਦੇ ਆਪਣੇ 'ਤੇ ਦਾਗ ਲੱਗਣ ਦਿੱਤਾ, ਬਾਕੀ ਸਭ ਕੁਛ ਕਹਿ। ਟਿੱਪਣੀ ਬੜੀ ਭੱਦੀ ਆ, ਇੱਦਾਂ ਦੀਆਂ ਟਿੱਪਣੀਆਂ ਕਰਨੀਆਂ ਹੋਣ ਤਾਂ ਨਰਿੰਦਰ ਮੋਦੀ ਦੇ ਆਪਣੇ ਦੇ ਉੱਤੇ ਲੱਗ ਸਕਦੀਆਂ। ਪ੍ਰਸ਼ੋਤਮ ਸੋਲੰਕੀ ਦਾ ਕੀ ਕਰੇਗਾ? ਇਹ ਮੁੱਖ ਮੰਤਰੀ ਹੁੰਦਾ ਸੀ, ਪ੍ਰਸ਼ੋਤਮ ਸੋਲੰਕੀ ਇਹਦੇ ਨਾਲ ਮੰਤਰੀ ਸੀ, 900 ਕਰੋੜ ਦਾ ਉਹਨੇ ਮੱਛੀ ਪਾਲਣ ਦਾ ਘਪਲਾ ਕੀਤਾ, ਇਹਨੇ ਫਿਰ ਵੀ ਆਪਣੇ ਮੰਤਰੀ ਮੰਡਲ 'ਚ ਰੱਖਿਆ ਸੀ। ਇੱਦਾਂ ਦੇ ਕਿੰਨੇ, ਅਦਾਲਤ ਨੇ ਸਜ਼ਾ ਦੇ ਦਿੱਤੀ, ਸਜ਼ਾ ਤੋਂ ਬਾਅਦ ਵੀ ਰੱਖ ਛੱਡਿਆ ਸੀ, ਹੁਣ ਵੀ ਇਹਦੇ ਕੋਲ ਕਿੰਨੇ ਨੇ, ਆ ਜਿੰਨਾ ਨੋਟਬੰਦੀ 'ਚ ਘੁਟਾਲਾ ਹੋਇਆ। ਇਸ ਤੋਂ ਬਾਅਦ ਉਹ ਤਾਂ ਭਲਾ ਚਲੋ ਆਪਣੇ ਉੱਤੇ ਬਰਸਾਤੀ ਲੈਂਦਾ ਹੋਊਗਾ, ਰੇਨਕੋਟ ਪਾ ਕੇ ਨਹਾਉਂਦਾ ਹੋਊਗਾ, ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਤੋਂ ਖੱਬੇ ਸੱਜੇ ਸਾਰੇ ਇੱਦਾਂ ਦੀਆਂ ਬਗੈਰ ਰੇਨਕੋਟ ਤੋਂ ਹੀ ਕੰਮ ਹੋਈ ਜਾ ਰਿਹਾ, ਇਹਦਾ ਕੀ ਜਵਾਬ ਦਿਓਗੇ? ਬਿਲਕੁਲ, ਐਟਲੀਸਟ ਇਹ ਕਹਿਣ ਲੱਗਿਆ ਨਾ, ਥੋੜ੍ਹਾ ਸੋਚਣਾ ਚਾਹੀਦਾ। ਸੰਤ ਪੁਰਸ਼ ਕਹਿੰਦੇ ਆ ਕਿਸੇ ਵੱਲ ਉਹ ਇੱਕ ਉਂਗਲ ਕਰੀਏ ਤਾਂ 3 ਆਪਣੇ ਵੱਲ ਹੁੰਦੀਆਂ, ਮੋਦੀ ਸਾਹਿਬ ਨੂੰ ਪਤਾ ਨਹੀਂ ਇਹ ਗੱਲ ਕਦੋਂ ਸਮਝ ਆਉਣੀ। ਹਾਂਜੀ, ਮੈਨੂੰ ਸਾਹਿਬ ਤਮਿਲਨਾਡੂ ਦੇ ਵਿੱਚ ਜਿਹੜੀ ਸੱਤਾ ਸੰਘਰਸ਼ ਹੋਈ ਹੈ ਉੱਥੇ ਹਾਲਤ ਕਾਫੀ ਜ਼ਿਆਦਾ ਖਰਾਬ ਹੋਈ ਪਈ ਹੈ, ਅਤੇ ਸੱਤਾ ਦਾ ਫੈਸਲਾ ਇਸ ਤਰੀਕੇ ਨਾਲ ਹੋਵੇਗਾ ਕਿ ਵਿਧਾਇਕ ਕਿਹੜੇ ਪਾਸੇ ਜ਼ਿਆਦਾ ਨੇ, ਪਰ ਵਿਧਾਇਕਾਂ ਦੀ ਗਿਣਤੀ ਨੂੰ ਲੈ ਕੇ ਅਤੇ ਉੱਧਰ ਗਵਰਨਰ ਦੇ ਜਿਹੜੇ ਗੇੜੇ ਲੱਗ ਰਹੇ ਆ ਫਿਰ ਕੇਂਦਰ ਦੇ ਵਿੱਚ ਜਿਹੜੇ ਗੇੜੇ ਲੱਗ ਰਹੇ ਨੇ, ਉਸ ਦੇ ਨਾਲ ਸਥਿਤੀ ਬੜੀ ਉਲਝਣ ਜੀ ਵਾਲੀ ਜਾਪਦੀ ਹੈ, ਇਸ ਬਾਰੇ ਕੀ ਆਖੋਗੇ? ਦੇਖੋ, ਗਵਰਨਰ ਜਿਹੜੇ ਸੀ ਨਾ ਅੰਗਰੇਜ਼ਾਂ ਦੇ ਰਾਜ ਵਿੱਚ ਅੰਗਰੇਜ਼ਾਂ ਦੇ ਏਜੰਟ ਹੁੰਦੇ ਸੀ। ਹਾਂਜੀ, ਹੁਣ ਦਿੱਲੀ ਦਰਬਾਰ ਦੇ ਭਾਰਤ ਸਰਕਾਰ ਪ੍ਰਧਾਨ ਮੰਤਰੀ ਦੇ ਏਜੰਟ ਗਿਣੇ ਜਾਂਦੇ, ਜੋ ਲਿਖ ਕੇ ਦੇ ਦੇਣ ਕਿ ਇੱਥੇ ਕੋਈ ਸਰਕਾਰ ਨਹੀਂ ਬਣ ਸਕਦੀ, ਉੱਥੇ ਗਵਰਨਰੀ ਰਾਜ ਲਾਗੂ ਹੋ ਜਾਊਗਾ, ਦਿੱਲੀ ਬੈਠਾ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਨਾਲ ਉਸ ਰਾਜ ਨੂੰ ਚਲਾਊਗਾ। ਉੱਥੇ ਦੋਵਾਂ ਤਰ੍ਹਾਂ ਦਾ ਝਗੜਾ ਰਾਜ ਕਰਦੀ ਪਾਰਟੀ 'ਚ, ਪਾਰਟੀ ਦੇ ਵਿੱਚ ਮੁਖੀ ਇਸ ਵੇਲੇ ਸ਼ਸ਼ੀ ਕਲਾ ਅਤੇ ਮੁੱਖ ਮੰਤਰੀ ਕਾਰਜਕਾਰੀ ਪਨੀਰ ਸੇਲਵਮ ਹੈ, ਅਤੇ ਪਾਰਟੀ ਅਤੇ ਸਰਕਾਰ ਦੋਵਾਂ ਦੇ ਵਿੱਚ 2 ਨੰਬਰ ਮਧੂਸੂਦਨ। ਮਧੂਸੂਦਨ ਕੱਲ੍ਹ ਸਵੇਰ ਤੱਕ ਉਹਦੇ ਨਾਲ ਸੀ, ਸ਼ਸ਼ੀ ਕਲਾ ਨਾਲ,
ਤੇ ਬਾਅਦ ਵਿੱਚ ਉਧਰੋਂ ਛੱਡ ਕੇ ਪਨੀਰ ਸੇਲਵਮ ਨਾਲ ਆ ਗਿਆ, ਕਹਿੰਦਾ ਜੀ ਪਾਰਟੀ ਬਚਾਉਣੀ ਹੈ ਰਾਜ ਬਚਾਉਣਾ। ਹਾਂਜੀ, ਹੁਣ ਗਿਣਤੀ ਮਿਣਤੀ ਤਾਂ ਉੱਥੇ ਹੋਣੀ ਅਸੈਂਬਲੀ 'ਚ, ਗੇੜੇ ਬਾਈ ਦੇ ਗਵਰਨਰ ਦੇ, ਗਵਰਨਰ ਦੇ ਇਸ ਕਰਕੇ ਕਿਉਂਕਿ ਗਵਰਨਰ ਦੀਆਂ ਚਾਬੀਆਂ ਦਿੱਲੀ ਤੋਂ ਹਲਾਈਆਂ ਜਾ ਰਹੀਆਂ, ਤੂੰ ਆਹ ਕਰ ਆਹ ਕਰ। ਲੱਗਦਾ ਹੈ ਕਿ ਦਿੱਲੀ 'ਚ ਬੈਠ ਕੇ ਭਾਜਪਾ ਲੀਡਰਸ਼ਿਪ ਕੋਈ ਇਹੋ ਜਿਹੀ ਖੇਡ ਖੇਡਦੀ ਪਈ ਹੈ ਤਾਂ ਕਿ ਤਾਮਿਲਨਾਡੂ ਦੇ ਵਿੱਚ ਰਾਜ ਜਿਹੜਾ ਚੱਲਦਾ ਉਹਦੀ ਰਿਪੋਰਟ ਗਵਰਨਰ ਤੋਂ ਇਹ ਲਈ ਜਾ ਸਕੇ ਕਿ ਸਰਕਾਰ ਚੱਲ ਨਹੀਂ ਸਕਣੀ, ਹੁਣ ਤੁਸੀਂ ਦਿੱਲੀ ਤੋਂ ਸੰਭਾਲੋ। ਜਦੋਂ ਰਿਪੋਰਟਾਂ ਲੈਣੀਆਂ ਹੋਣ ਤਾਂ ਅਰੁਣਾਚਲ ਪ੍ਰਦੇਸ਼ ਦੀ ਰਿਪੋਰਟ ਗਵਰਨਰ ਤੋਂ ਲੈ ਲਈ ਸੀ ਕਿ ਮੇਰੇ ਰਾਜ ਭਵਨ ਦੇ ਸਾਹਮਣੇ ਕੋਲ ਜਿਹੜਾ ਮਕਾਨ ਹੈ ਉਹਦੇ 'ਚ ਗਾਂ ਮਾਰੀ ਗਈ ਹੈ, ਅਸਲ 'ਚ ਗਾਂ ਨਹੀਂ, ਗਾਂ ਵਰਗਾ ਜਾਨਵਰ ਉੱਥੇ ਮਿੱਠਣ ਹੈ ਜਿਹਦਾ ਮਾਸ ਲੋਕ ਖਾਂਦੇ ਆ, ਉਹ ਮਿੱਠਣ ਸੀ ਔਰ ਗਵਰਨਰ ਨੇ ਮਿੱਠਣ ਨੂੰ ਗਾਂ ਬਣਾ ਕੇ ਰਿਪੋਰਟ ਭੇਜਤੀ ਸੀ। ਇਹ ਤਾਮਿਲਨਾਡੂ ਦੇ ਗਵਰਨਰ ਤੋਂ ਵੀ ਕੋਈ ਨਾ ਕੋਈ ਰਿਪੋਰਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਬੜਾ ਨਾਜ਼ੁਕ ਰਾਜ ਹੈ ਜਿਹੜਾ ਕਿਸੇ ਵਕਤ ਪਹਿਲਾਂ ਭਾਰਤ ਤੋਂ ਵੱਖਰੇ ਹੋਣ ਦੀ ਮੰਗ ਕਰ ਚੁੱਕਾ ਔਰ ਬੜਾ ਲੰਮਾ ਸਮਾਂ ਇਹ ਮੰਗ ਉੱਠਦੀ ਰਹੀ। ਫਿਰ ਅੰਨਾ ਦੁਰਾਈ ਨੇ ਜਦੋਂ ਚੀਨ ਨਾਲ ਹਮਲਾ ਹੋਇਆ ਉਦੋਂ ਉੱਠ ਕੇ ਪਾਰਲੀਮੈਂਟ 'ਚ ਆਖਿਆ ਸੀ ਕਿ ਚੀਨ ਨੇ ਹਮਲਾ ਕੀਤਾ, ਪਹਿਲਾਂ ਅਸੀਂ ਦੇਸ਼ ਬਚਾਉਣਾ, ਬਾਕੀ ਗੱਲਾਂ ਅਸੀਂ ਬਾਅਦ 'ਚ ਕਰਦੇ ਰਹਾਂਗੇ। ਜਿਹੜਾ ਇਹੋ ਜਿਹਾ ਨਾਜ਼ੁਕ ਰਾਜ ਹੋਵੇ ਉਸ ਰਾਜ ਦੇ ਵਿੱਚ ਹਾਲਾਤ ਨੂੰ ਵਿਗਾੜਨਾ ਨਹੀਂ ਚਾਹੀਦਾ, ਵਿਗੜਦੇ ਹੋਣ ਤਾਂ ਸੁਧਾਰਨ ਦਾ ਯਤਨ ਕਰਨਾ ਚਾਹੀਦਾ। ਬਦਕਿਸਮਤੀ ਨਾਲ ਇਸ ਗੱਲ ਨੂੰ ਪ੍ਰਧਾਨ ਮੰਤਰੀ ਅਤੇ ਉਹਦੀ ਟੋਲੀ ਦੇ ਲੋਕ ਸਮਝ ਨਹੀਂ ਰਹੇ। ਜੇ ਇੱਦਾਂ ਦੀਆਂ ਖੇਡਾਂ ਖੇਡਦੇ ਰਹੇ ਤਾਂ ਤਾਮਿਲਨਾਡੂ ਦੀ ਵਿਗੜੀ ਹੋਈ ਸਥਿਤੀ ਕੱਲ੍ਹ ਨੂੰ ਇਸ ਤਰ੍ਹਾਂ ਦਾ ਵਿਗਾੜ ਵੀ ਪੈਦਾ ਕਰ ਸਕਦੀ ਹੈ ਜਿਹਦੇ ਵਿੱਚ ਫਿਰ ਸੰਭਾਲਿਆ ਨਾ ਇਹਨਾਂ ਤੋਂ ਜਾ ਸਕੇ। ਅਜੇ ਚੋਣਾਂ 'ਚ ਕੁਛ ਸਮਾਂ ਰਹਿੰਦਾ, ਵਾਹਵਾ ਸੰਭਲ ਕੇ ਚੱਲਣ ਦੀ ਲੋੜ ਹੈ। ਅਤੇ ਸ਼ਸ਼ੀ ਕਲਾ ਜਿਹੜੀ ਆ ਉਹਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਕੀ ਕਰੇਗੀ। ਪਨੀਰ ਸੇਲਵਮ ਘੱਟੋ ਘੱਟ ਕੁਛ ਨਾ ਕੁਛ ਇਸ ਢੰਗ ਨਾਲ ਚੱਲਦਾ ਪਿਆ ਕਿ ਸੰਵਿਧਾਨ ਦੀਆਂ ਹੱਦਾਂ 'ਚ ਰਹਿ ਕੇ ਜੋ ਕੁਛ ਸਰਕਾਰ ਵੀ ਬਚਾਈ ਜਾ ਸਕੇ, ਪਾਰਟੀ ਵੀ ਬਚਾਈ ਜਾ ਸਕੇ, ਭਵਿੱਖ ਵੀ ਬਚਾਇਆ ਜਾ ਸਕੇ। ਇਹ ਤਾਂ ਸਿਰਫ ਕਾਮਨਾ ਕਰਨੀ ਚਾਹੀਦੀ ਹੈ ਕਿ ਕੋਈ ਬਹੁਤਾ ਵਿਗਾੜਨਾ ਹੀ ਪਏਗਾ। ਇਹਨਾਂ ਰਾਜਾਂ ਦੀ ਸਥਿਤੀ ਨੂੰ ਦੇਖੇ ਤਾਂ ਅਜਿਹਾ ਲੱਗਦਾ ਕਿ ਕੇਂਦਰ ਜ਼ਿਆਦਾਤਰ ਜਿੱਥੇ ਹੋਸ਼ ਨਾਲ ਕੰਮ ਲੈਣ ਦੀ ਜ਼ਰੂਰਤ ਹੁੰਦੀ ਉੱਥੇ ਜੋਸ਼ ਨਾਲ ਲੈ ਕੇ ਕਦੇ ਕਦੇ ਵਿਗਾੜ ਵੀ ਪੈਦਾ ਕਰ ਦਿੰਦੀ ਹੈ। ਜੋਸ਼ ਵੀ ਜਿਹੜਾ ਨਾ ਪੋਲੀਟੀਕਲ ਸੱਤਾ ਦੀ ਅਵਸਥਾ, ਜੋਸ਼ ਕਿ ਇੱਕ ਰਾਜ 'ਤੇ ਹੋਰ ਕਬਜ਼ਾ ਕਰ ਲਓ, ਉਸ ਕਬਜ਼ੇ ਦੀ ਭਾਵਨਾ ਜਿਹੜੀ ਹੈ ਉਹ ਖਰਾਬ ਕਰਦੇ। ਜੀ ਜੀ ਪੰਨੂ ਸਾਹਿਬ, ਬਹੁਤ ਕੀਮਤੀ ਸਮਾਂ ਹੈ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਦੇ ਲਈ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਤੁਸੀਂ ਸਾਰੇ ਵੀ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਜੁੜਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਜਾਂ ਫਿਰ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਸਕਰੀਨ 'ਤੇ ਸਾਡਾ ਨੰਬਰ ਅਤੇ ਸਾਡੀ ਈਮੇਲ ID ਦਿੱਤੀ ਹੋਈ ਹੈ, ਤੁਸੀਂ ਉਸ ਦੇ ਉੱਪਰ ਆਪਣੇ ਸਵਾਲ ਭੇਜ ਸਕਦੇ ਹੋ ਤਾਂ ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਵਾਲ ਲਵਾਂਗੇ ਵੀ। ਅਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਇਸ ਦੇ ਨਾਲ ਤੁਸੀਂ ਮੈਨੂੰ ਪ੍ਰਭਜੋਤ ਕੌਰ ਨੂੰ ਦਿਓ ਇਜਾਜ਼ਤ ਅਤੇ ਬਣੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।